ਅਕੀਦਾ ਤੁਹਾਡੀ ਖਿਦਮਤ 'ਚ ਪੇਸ਼ ਕਰ ਰਿਹਾ। ਆਇੰਦਾ ਆਉਣ ਵਾਲੀ ਨਸਲ ਤੁਹਾਡੀ ਦਾਤ ਦੇਵੇ, ਦਾਤ ਥੋੜ੍ਹੀ, ਪਾਕ ਬੀਬੀ ਦੀ ਕਰੀਮੀ ਵੱਡੀ ਹੈ, ਤੁਸੀਂ ਸਿਰ ਹਿਲਾ ਲਓ, ਤੁਹਾਡੀ ਆਪਣੀ ਮਰਜ਼ੀ ਹੈ। ਬੰਦਾ ਕਿਸੇ ਫਨੀ ਖਰਾਬੀ ਦੀ ਵਜ੍ਹਾ ਤੋਂ ਨਾ ਬੋਲੇ ਤਾਂ ਉਹਦੀ ਆਪਣੀ ਮਰਜ਼ੀ ਹੈ। ਸ਼ੇਰ ਮੈਂ ਪੇਸ਼ ਕਰਨ ਲੱਗਾ ਹੁਸੈਨ ਬਾਦਸ਼ਾਹ ਦੀ ਆਮਦ ਦਾ। ਨਵੀਦ ਭਾਜਨ, ਸ਼ਾਹਿਦ ਭਾਜਨ ਸਾਰੇ ਜ਼ਾਕਰ ਪੜ੍ਹਦੇ ਨੇ ਜਾਂ ਫੁਤਰਸ? ਨਕਵੀ ਸਾਹਿਬ ਜਾਂ ਫੁਤਰਸ ਕਿ ਹੁਸੈਨ ਬਾਦਸ਼ਾਹ ਨੇ ਝੂਲੇ ਤੋਂ ਸ਼ਿਫਾ ਦਿੱਤੀ? ਇੰਨਾ ਹੀ ਸੁਣਿਆ ਜੇ। ਲਓ ਅੱਜ ਤੁਹਾਨੂੰ ਹੁਸੈਨ ਬਾਦਸ਼ਾਹ ਦੀ ਆਮਦ ਸੁਣਾਵਾਂ। ਅਗ ਪਾਣੀ ਹਵਾ ਯੇ ਮਟੀ ਸੇ ਜਿਸਮ ਆਦਮ ਕੋ ਜੋ ਅਤਾ ਕਰ ਦੇ, ਮਿੰਨਤ ਨਹੀਂ। ਇੱਕ ਸ਼ੇਰ ਪੜਾਂਗਾ, ਸ਼ੇਰ ਪੰਜ ਨੇ ਪੜਾਂਗਾ, ਇੱਕ ਤਵੱਜੋ ਫਰਮਾਣੀ ਹੈ, ਹਰ ਬੰਦੇ ਵਾਸਤੇ ਪੜਨ ਲੱਗਾ। ਅਗਰ ਤੁਹਾਡੀ ਤਬੀਅਤ ਰਲੀ, ਤੁਹਾਡਾ ਮਿਆਰ ਮੇਰੇ ਮਿਜ਼ਾਜ ਦੇ ਨਾਲ ਮਿਲਿਆ, ਫਿਰ ਸ਼ੇਰ ਤੁਹਾਡੇ ਵਾਸਤੇ ਸ਼ੇਰ ਪੜਨ ਲੱਗਾ। ਅਗ ਪਾਣੀ ਹਵਾ ਯੇ ਮਟੀ ਸੇ ਜਿਸਮ ਆਦਮ ਕੋ ਜੋ ਅਤਾ ਕਰ ਦੇ, ਐਸਾ ਕਾਦਰ ਹੁਸੈਨ ਉਤਰਾ ਹੈ ਜੋ ਹੈਵਾਨੋ ਕੋ ਪੇਸ਼ਵਾ ਕਰ ਦੇ। ਮਾਲਿਕ ਨੂੰ ਸਲਾਮਤ ਰੱਖੇ, ਬੜੀ ਮਿਹਰਬਾਨੀ, ਜ਼ਿੰਦਾ ਹੋ, ਸਲਾਮਤ ਰਹੋ। ਬਾਬਾ ਜੀ ਸ਼ੇਰ ਮੈਂ ਪੜਨ ਲੱਗਾ ਔਰ ਇੱਕ ਦਾ ਵਾਅਦਾ ਹੈ, ਮੈਂ ਫਿਰ ਆਖਿਆ ਚੁੱਕਿਆ ਕਰ ਮੇਰੇ ਮਿਜ਼ਾਜ 'ਤੇ ਆਏ, ਇਸਤਕਬਾਲ ਸ਼ੇਰ ਦਾ ਕੀਤਾ, ਫਿਰ ਅਗਲਾ ਸ਼ੇਰ ਵੀ। ਇੱਕ ਸ਼ੇਰ ਸੁਣੋ ਬਗੈਰ ਨਸਰ ਦੇ, ਮੈਂ ਤੁਹਾਡਾ ਮਿਆਰ ਦੇਖਣ ਲੱਗਾ। ਕਾਬਾ ਕੋ ਸਾਇਨ ਕਿਸ ਜਗ੍ਹਾ ਨੂੰ ਆਉਂਦੇ ਨੇ? ਜਿੱਥੇ ਵਹੀ ਆ ਕੇ ਇਜਾਜ਼ਤ ਲਵੇ, ਠੀਕ ਹੈ, ਲਫ਼ਜ਼ ਦੱਸਣਾ ਮੇਰਾ ਹੱਕ ਬਣਦਾ ਨਾ। ਲਓ ਹੁਣ ਸ਼ੇਰ ਤੁਸੀਂ ਸੁਣਨਾ ਹੈ, ਜਿਹੜੇ ਅਦਬ ਨਾਲ ਤਾਲੁਕ ਰੱਖਦੇ ਹੋ, ਅਦਬੀ ਸ਼ੇਰ ਤੁਹਾਡੀ ਖਿਦਮਤ 'ਚ ਪੇਸ਼ ਕਰਨ ਲੱਗਾ। ਕੌਣ ਹੁਸੈਨ ਬਾਦਸ਼ਾਹ? ਮੈਂ ਤਾਰੁਫ ਕਰਾ ਨਹੀਂ ਸਕਦਾ, ਲੇਕਿਨ ਕਬ ਆਪਣੇ ਕੰਮ ਇਲਮੀ ਦੇ ਇਤਰਾਫ ਨਾਲ ਜੋ ਸੈਂਡ ਨੇ ਮੈਨੂੰ ਅਤਾ ਕੀਤਾ ਹੈ ਤੁਹਾਡੀ ਨਜ਼ਰ 'ਚ ਪੇਸ਼ ਕਰਨ ਲੱਗਾ। ਗੱਲ ਕਿਹੜੀ ਆਖ ਰਿਹਾ? ਕਾਬਾ ਕੋ ਸੈਨ ਜਿਸ ਕਾ ਝੂਲਾ ਹੈ, ਉਹ ਮੇਰਿਆਂ ਪੁੱਤਰਾਂ ਮਾਤਮ ਕਰਾਂ, ਤੂੰ ਨਹੀਂ ਬੋਲਣਾ ਤੇ ਜਿਵੇਂ ਮਰਜ਼ੀ ਸੁਣੋ, ਤੁਹਾਡੀ ਆਪਣੀ ਮਰਜ਼ੀ। ਹੁਣ ਮਿੰਨਤ ਨਹੀਂ ਕਰਨੀ, ਦਾਤ ਨਹੀਂ ਮੰਗਣੀ, ਆਪਣੀ ਬੇਇੱਜ਼ਤੀ ਸਮਝਣੀ ਅਗਰ ਦਾਤ ਮੰਗਣੀ ਹੈ। ਹਾਂ, ਅਲੀ ਵਾਲਾ ਜਿਹੜਾ ਬੈਠਾ ਹੈ ਉਹ ਨਾ ਬੋਲੇ, ਕਿੱਥੇ ਚੱਲੇ ਹੋ? ਫੜੋ, ਰੋਕੋ ਉਹਨਾਂ ਨੂੰ, ਕਿੱਥੇ ਚੱਲੇ ਹੋ? ਕੀ ਹੋਇਆ ਜੀ? ਅੱਛਾ ਜੀ, ਵੱਡੀ, ਚਲੋ ਮੇਰੇ ਵੱਲੋਂ ਵੀ ਪਾਉਣਾ। ਸ਼ੇਰ ਤੁਹਾਡੇ ਵਾਸਤੇ ਪੜਨ ਲੱਗਾ। ਚੁੱਪ ਬੰਦੇ ਦਾ ਮੈਂ ਜ਼ਾਮਿਨ ਨਹੀਂ, ਜਿਹੜਾ ਰਿਜ਼ਕ ਲੈਣ ਆਇਆ, ਇੱਜ਼ਤ ਲੈਣ ਆਇਆ ਮਾਲਿਕ। ਅੱਛਾ, ਮਾਈਕ ਨੂੰ। ਅੱਛਾ, ਹੈਲੋ, ਹੋਰ ਥੱਲੇ। ਅੱਛਾ, ਆਵਾਜ਼ ਥੋੜ੍ਹੀ ਮਿਹਰਬਾਨੀ ਫਰਮਾਣੀ ਖੋਲ ਦੇਣਾ। ਸ਼ੇਰ ਪੂਰਾ ਤੁਹਾਡੇ ਵਾਸਤੇ ਕਰਨ ਲੱਗਾ। ਕੌਣ ਹੁਸੈਨ ਬਾਦਸ਼ਾਹ? ਤਵੱਜੋ ਫਰਮਾਣੀ ਹੈ, ਜ਼ਿਹਨ ਬੁਲੰਦ ਰੱਖਣਾ, ਮਿਆਰ ਬੁਲੰਦ ਰੱਖਣਾ। ਮੈਂ ਗੱਲ ਕਰੀ ਆਖ ਰਿਹਾ, ਕਾਬਾ ਕੋ ਸੈਨ ਜਿਸ ਕਾ ਝੂਲਾ ਹੈ ਔਰ ਸਵਾਰੀ ਰਸੂਲ ਹੋਤਾ ਹੈ। ਮੇਰਾ ਖਿਆਲ ਹੈ ਇਸੇ ਹਿੱਸੇ ਪਾਸੇ ਮੂੰਹ ਕਰਕੇ ਪੜਾ, ਸ਼ੇਰ ਪੂਰਾ ਤੁਹਾਡੀ ਨਜ਼ਰ ਕਰ ਲਾਂਗਾ। ਕਾਬਾ ਕੋ ਸੈਨ ਜਿਸ ਕਾ ਝੂਲਾ ਹੈ ਔਰ ਸਵਾਰੀ ਰਸੂਲ ਹੋਤਾ ਹੈ, ਕਾਬਾ ਕੋ ਸੈਨ ਜਿਸ ਕਾ ਝੂਲਾ ਹੈ ਔਰ ਸਵਾਰੀ ਰਸੂਲ ਹੋਤਾ ਹੈ, ਅਰਸ਼ ਪੇ ਫਾਤਿਮਾ ਨਮਾਜ਼ ਪੜੇ ਫਿਰ ਇਸ ਕਾ ਨਜ਼ੂਲ ਹੋਤਾ ਹੈ। ਸਲਾਮਤ ਰੱਖੇ। ਇੱਕ ਇੱਕ ਸ਼ੇਰ 'ਚ ਪੂਰੀ ਮੰਜਲੀ ਸੇ ਤਵੱਜੋ ਫਰਮਾਣੀ ਹੈ, ਆਖਰੀ ਲਾਈਨ 'ਤੇ ਹਰ ਮਾਤਮੀ ਨੇ ਵੇਖਣਾ ਹੈ। ਭਾਜਨ ਜਲਦੀ ਬੈਠ ਜਾਣਾ, ਤੁਹਾਡੇ ਆਉਣ ਨਾਲ ਸ਼ੇਰ ਨਜ਼ਾਇਆ ਹੋਵੇ, ਤੁਹਾਡੀ ਖਿਦਮਤ 'ਚ ਵੀ ਸ਼ੇਰ ਪੇਸ਼ ਕਰਾਂ। ਤਵੱਜੋ ਫਰਮਾਣੀ ਹੈ, ਹੁਣ ਤਵੱਜੋ ਮੇਰੇ ਪਾਸ ਰੱਖਣੀ ਹੈ। ਆਖਰੀ ਲਾਈਨ ਮੈਂ ਹਰ ਮਾਤਮੀ ਵਾਸਤੇ ਪੜ ਲਾਂਗਾ। ਕਾਬਾ ਕੋ ਸੈਨ ਜਿਸ ਕਾ ਝੂਲਾ ਹੈ ਔਰ ਸਵਾਰੀ ਰਸੂਲ ਹੋਤਾ ਹੈ, ਕਾਬਾ ਕੋ ਸੈਨ ਜਿਸ ਕਾ ਝੂਲਾ ਹੈ ਔਰ ਸਵਾਰੀ ਰਸੂਲ ਹੋਤਾ ਹੈ, ਅਰਸ਼ ਪੇ ਫਾਤਿਮਾ ਨਮਾਜ਼ ਪੜੇ ਫਿਰ ਇਸ ਕਾ ਨਜ਼ੂਲ ਹੋਤਾ ਹੈ, ਫਿਰ ਇਸ ਕਾ ਨਜ਼ੂਲ ਹੋਤਾ ਹੈ। ਦਸਤੇ ਹੈ ਬਦ ਮੇ ਤੇਰੇ ਥਾਮੇ ਤੋ ਜਿਸਮ ਆਪਣੇ ਕੋ ਮੁਰਤਜ਼ਾ ਕਰ ਦੇ, ਦਸਤੇ ਹੈ ਬਦ ਮੇ ਤੇਰੇ ਥਾਮੇ ਤੋ ਜਿਸਮ ਆਪਣੇ ਕੋ ਮੁਰਤਜ਼ਾ ਕਰ ਦੇ, ਘਰ ਯੇ ਜ਼ਹਰਾ ਕੀ ਓੜ ਲੇ ਚਾਦਰ ਨੂਰ ਆਪਣੇ ਕੋ ਕਿਬਲਿਆ।
کمزور